ਗੁਰਦਾਸ ਮਾਨ ਨੂੰ ਪੰਜਾਬ ਦੀ ਆਵਾਜ਼ ਪੰਜਾਬ ਦਾ ਮਾਨ ਕਹਿ ਕੇ ਮਾਨ ਸਤਿਕਾਰ ਦਿੱਤਾ ਜਾਂਦਾ ਹੈ। ਉਹਨਾਂ ਨੇ ਆਪਣੇ ਗੀਤਾਂ ਰਾਹੀਂ ਨਾ ਸਿਰਫ ਸੱਭਿਆਚਾਰ ਨੂੰ ਸਾਹਮਣੇ ਲਿਆਂਦਾ ਬਲਕਿ ਗੀਤਾਂ ਦੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਵੀ ਦਿੱਤੀ ਹੈ। ਪਰ ਬਾਬਾ ਬੋੜ ਗੁਰਦਾਸ ਮਾਨ ਦਾ ਗੁੱਸਾ ਇਸ ਵਾਰ ਦੇਸ਼ ਦੀਆਂ ਸਰਕਾਰਾਂ ਤੇ ਨਿਕਲਿਆ ਅਤੇ ਉਹਨਾਂ ਨੇ ਦੇਸ਼ ਖਾਸ ਕਰਕੇ ਪੰਜਾਬ ਦੇ ਹਾਲਾਤਾਂ ਤੇ ਆਪਣਾ ਗੁੱਸਾ ਇੱਕ ਸਟੇਜ ਸ਼ੋਅ ਦੇ ਜ਼ਰੀਏ ਕੱਢਿਆ। ਕੀ ਕਿਹਾ ਉਹਨਾਂ ਨੇ, ਤੁਸੀਂ ਵੀ ਸੁਣੋ। ਕੀ ਵੱਡੀ ਬਾਤ ਹੈ ਬਾਬਾ, ਕੋਈ ਪੁੱਛਦਾ ਤਾਂ ਨਹੀਂ, ਆਖਿਆ ਕੋਈ ਨਹੀਂ ਪੁੱਛਦਾ। ਜਿੱਥੇ ਪੁੱਛਦੇ ਹੁੰਦੇ ਤੇ ਨੌਜਵਾਨ ਬਾਹਰ ਨੂੰ ਨਾ ਭਾਈ ਦੇ, ਜਿੱਥੇ ਮਿਹਨਤ ਦਾ ਮੁੱਲ ਪੈਂਦਾ ਹੁੰਦਾ ਬਾਹਰ ਨੂੰ ਨਾ ਭਾਈ ਦੇ। ਜਿਹਨੂੰ ਜਵਾਨੀ ਤੇ ਪਾਣੀ ਨਹੀਂ ਸਾਂਭਣਾ ਜਿਸ ਮੁਲਕ ਨੂੰ, ਉਹ ਕੁਛ ਨਹੀਂ ਸੰਭਾਲਦਾ। ਗੁਰਦਾਸ ਮਾਨ ਨੇ ਪੰਜਾਬ ਦੇ ਹਾਲਾਤਾਂ ਦੀ ਕਹਾਣੀ ਬਿਆਨ ਕੀਤੀ ਹੈ, ਕਿਸ ਤਰ੍ਹਾਂ ਪੰਜਾਬ ਦਾ ਪਾਣੀ ਖਤਮ ਹੁੰਦਾ ਜਾ ਰਿਹਾ ਅਤੇ ਉਸ ਨੂੰ ਬਚਾਉਣ ਲਈ ਸਰਕਾਰ ਕੋਈ ਖਾਸ ਕਦਮ ਨਹੀਂ ਚੁੱਕਦੀ। ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਭੱਜਣ ਦੀ ਹੋੜ ਵਿੱਚ ਨੇ। ਸਹੀ ਕਿਹਾ ਮਾਨ ਸਾਹਿਬ ਨੇ, ਸਰਕਾਰਾਂ ਨਾ ਤਾਂ ਪੰਜਾਬ ਦੀ ਜਵਾਨੀ ਬਚਾ ਸਕੀਆਂ ਅਤੇ ਨਾ ਹੀ ਪਾਣੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।